ਜਿਹੜੀ ਰੇਸ਼ੀਅਨ ਹੈ ਨਾ ਜੀ, ਉਸ ਜਗ੍ਹਾ ਤੇ ਦੇ ਰਹੀ ਅੰਡੇ, ਲੇਕਿਨ ਉਹ ਜਗ੍ਹਾ ਥੱਲੇ ਤੂੜੀ ਪਾ ਕੇ ਸੈਟਅਪ ਕਰ ਦਿੱਤੀ ਫਿਲਹਾਲ। ਚਲੋ ਉੱਥੇ ਦੇ ਲਵੇ। ਹਾਂ ਲੇਕਿਨ ਪਾਣੀ ਪੈ ਜਾਵੇਗਾ, ਕੋਈ ਤਰੀਕਾ ਨਹੀਂ ਹੋ ਸਕਦਾ, ਅਸੀਂ ਹੁਣ ਖੋਲ ਦਈਏ ਇਹਨੂੰ। ਇਸ ਤਰ੍ਹਾਂ ਹੈ ਨਾ ਜੀ, ਉਹਨੇ ਆਪਣੀ ਮਰਜ਼ੀ ਨਾਲ ਦੇਣਾ, ਛੋਟੇ सबसे अच्छी बात यह है इसको यूं पकड़ भी लूं, भागना इसने मुश्किल है। पर काटे हुए हैं, बोट उड़ नहीं सकते। ये देखो ना, ऐसे तो कोई जानवर नहीं आता था। रात को तो आ जाते हैं। पानी भाई मैंने निकाल दिया था, ये कल ही मैंने नया डाला है। ठीक है यार, वो मोटर होते थे होते ही पे है। मोटर महीने से लाया वो भाई, स्मेल बड़ी आ रही थी ना, इस वजह मैं थोड़ा जल्दी कर देता हूं। सही है सही है, साफ हो जाए। सही है या मैं तो कहता हूँ खोल देते हैं इनको, देखो ना कितने जल्दी बढ़। हाँ हाँ माशाल्लाह, ये यही जो खुराक खा रहे हैं ना, अंडे जो अंदर पड़े हैं ना, उन्होंने एक तो है कि तोड़ देने बिच जो बच्चे हैं ना वो मरे हुए ना जी, उन्होंने यानी कि अगर कोई पैदा होने वाला भी है तो उन्होंने मार देने। अंडे खराब है, स्मेल बड़ी आती है, उनको सलते सुना है तो मैं उन्होंने एक साइंस से पता कि इन्हें खोल देते हैं। ਅੱਛਾ, ਇਹਨੂੰ ਖੋਲ੍ਹ ਕੇ ਅਤੇ ਰਸ਼ੀਅਨ ਨਰ ਨੂੰ ਵੀ ਅੰਦਰ ਕਰ ਦਿੰਦੇ ਹਾਂ, ਜਿੰਨੀਆਂ ਮਾਦੀਆਂ ਨੇ ਉਹਨਾਂ ਨੂੰ ਵੀ ਅੰਦਰ ਕਰ ਦਿੰਦੇ ਹਾਂ। ਠੀਕ ਹੈ, ਬੱਚੇ ਹੁਣ ਇੰਨੇ ਹੋ ਗਿਆ ਕਿ ਇਹ ਮਰਨਗੇ ਨਹੀਂ। ਹੁਣ ਇਹ ਤਾਂ ਮਾਸ਼ਾਅੱਲਾ ਬੜੇ ਫਿੱਟ ਹੋ ਗਏ, 20 ਦਿਨਾਂ ਬਾਅਦ ਬੱਥਾਂ ਬਣੀਆਂ ਹੋਣੀਆਂ ਇਹਨਾਂ ਨੂੰ। ਹੁਣ ਤੁਸੀਂ ਦੇਖਿਆ ਨਹੀਂ ਹਾਲੀ ਤਾਂ ਤਕਰੀਬਨ 10-15 ਦਿਨਾਂ ਦੇ ਇੰਨੇ ਹੋ ਗਏ, ਬੜੇ ਤੇਜ਼ ਵੱਧਦੇ ਨੇ। ਯਕੀਨ ਕਰੋ ਵੀ ਉਹ ਜਿਹੜੇ ਉੱਤੇ ਕਬੂਤਰ ਬੈਠੇ ਨੇ ਥੱਲੇ ਖਾਣਾ ਦੇ, ਉਹਨਾਂ ਨੂੰ ਮਾਰਦੇ ਨੇ ਬੱਚੇ, ਛਲਾਂਗਾਂ ਮਾਰ ਮਾਰ ਕੇ ਮੱਖੀਆਂ ਫੜਦੇ ਆ, ਬੜਾ ਸ਼ੁਗਲ ਕਰਦੇ ਆ। ਤੇ ਬਾਕੀ ਬੱਚੇ ਜਿਹੜੇ ਹਨ ਜੀ, ਆਪਣਾ ਕਬੂਤਰ ਦੇ ਮਾਸ਼ਾਅੱਲਾ ਇਹਨੇ ਅਗਰ ਪਿਚਰ ਲੈਣੀ ਤਾਂ ਮੈਂ, ਬਾਲ ਛਾਲ ਆ ਗਿਆ ਨਾਲ ਉਹਨਾਂ ਦੇ ਉੱਤੇ ਹਲਕੇ ਹਲਕੇ ਆਏ ਨੇ, ਉਹਨਾਂ ਨੇ ਵੀ ਬੜੀ ਜਲਦੀ ਵਜ਼ਨ ਬਣਾਇਆ। ਪਿਚਰ ਤੋਂ ਲੈ ਲੈਂਦੇ ਹਾਂ ਕਿਉਂਕਿ ਅੰਦਰ ਕਾਫੀ ਸਮੈਲ ਬੜੀ ਹੈ। ਕੋਈ ਨਹੀਂ ਕੋਈ ਨਹੀਂ, ਬਹੁਤ ਵੇਖੀ ਅਸੀਂ ਸਮੈਲ। ਉਹ ਕਿਆ ਕਹਿੰਦੇ ਆ, ਲਾਈਟ ਹੈ ਕੋਈ ਪਾਸ? ਲਾਈਟ ਲੈ ਆਉਂਦੇ ਨਹੀਂ ਨਹੀਂ ਖੈਰ ਕੋਈ ਨਹੀਂ।